ਜਿਹਨਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਪੰਜਾਬੀ ਸਿੰਗਰ ਬਲਵਿੰਦਰ ਸਰਦਾਰ ਜੀ ਉਹ ਵੀ ਪਹੁੰਚੇ ਹਨ, ਮੈਂ ਉਹਨਾਂ ਤੋਂ ਵੀ ਇੱਥੇ ਆਉਂਦੇ ਤੈਅ ਜੋ ਧੰਨਵਾਦ ਕਰਦਾ। ਹੁਣ ਮੈਂ ਬੇਨਤੀ ਕਰਾਂਗਾ ਆਪਣੇ ਵੀਰ ਸੰਜੀਵ ਭਗਤ ਜੀ ਨੂੰ, ਉਹਨਾਂ ਦੇ ਨਾਲ ਅਸ਼ੋਕ ਭਗਤ ਜੀ ਨੂੰ, ਸੰਜੀਵ ਭਗਤ ਜੀ ਨੂੰ ਦੇ ਮੰਚ 'ਤੇ ਹਨ। ਇਸ ਗਲਤ ਫਹਿਮੀ ਦਾ ਸ਼ਿਕਾਰ ਨਾ ਦਿਓ ਕਿ ਅਸੀਂ ਬਹੁਤ ਤਾਕਤਵਰ ਹੋ ਰਹੇ ਹਾਂ।
ਜੇ ਕੰਪੈਰੀਟਿਵ ਸਟੱਡੀ ਜਾਂ ਸਾਰੀ ਦੁਨੀਆ ਦੇ ਜਾਂ ਸਮਾਜਿਕ ਕ੍ਰਾਂਤੀਆਂ ਦੀ ਕਰੀਏ ਆਪਾਂ ਪਿਛਲੇ ਜੋ 200-300 ਸਾਲ ਦੇ ਵਿੱਚ ਹੋਈਆਂ, ਉਹਦੇ ਵਿੱਚ ਜੋ ਬਰਤਾਵ ਆਏ ਨੇ ਸਾਡੇ, ਤੁਸੀਂ ਸਿੱਖੇ ਹੋ, ਸੂਝਵਾਨ ਹੋ, ਪੜ੍ਹੇ ਲਿਖੇ ਹੋ, ਇਤਿਹਾਸ ਨੂੰ ਥੋੜ੍ਹਾ ਬਹੁਤ ਵਾਚ ਕਰਿਆ ਕਰੋ, ਥੋੜ੍ਹਾ ਜ਼ਰੂਰ ਪੜ੍ਹਿਆ ਕਰੋ। ਕਬੀਰ ਜੀ ਮਹਾਰਾਜ ਨੂੰ ਮੰਨ ਕੇ ਗੱਲ ਨਹੀਂ ਬਣਨੀ, ਕਬੀਰ ਜੀ ਮਹਾਰਾਜ ਨੂੰ ਜਾਣ ਕੇ ਗੱਲ ਬਣਨੀ ਹੈ। ਮੰਨਦੇ ਤਾਂ ਆਪਾਂ ਸਾਰੇ ਹਾਂ, ਤਾਂ ਪੈਰਾਂ ਬੇਟੀਆਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੱਥੇ ਟੇਕਣ ਨੂੰ ਲੱਗੀਆਂ ਹੋਈਆਂ, ਸਿਰ ਫੋੜਨ ਨੂੰ ਲੱਗੀਆਂ ਹੋਈਆਂ, ਉਹ ਸਾਰੀਆਂ ਕੁਰੀਤੀਆਂ, ਉਹ ਸਾਰਾ ਅੰਧ ਵਿਸ਼ਵਾਸ, ਉਹ ਸਾਰਾ ਪਖੰਡਵਾਦ, ਉਹ ਸਾਰਾ ਸਮਾਜ ਨੂੰ ਵੰਡੀਆਂ ਪਾਉਣ ਵਾਲੀਆਂ ਜਿਹੜੀਆਂ ਕੁਰੀਤੀਆਂ ਨੇ, ਉਹ ਸਾਰਿਆਂ 'ਚ ਅਸੀਂ ਰੁੱਝੇ ਤਾਂ ਹੋਏ ਹਾਂ। ਅਤੇ ਕਬੀਰ ਜੀ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਕਦੀ ਪਹਿਲੇ ਜਾਰੇ ਦੀ ਚੁੱਪੀ ਸ਼ਾਨ ਦੇ ਵਿੱਚ ਆਪਾਂ ਜੀ ਰਹੇ ਹਾਂ। ਮੈਂ ਬਹੁਤ ਵੱਡੀ ਫਿਲੋਸਫੀ ਤੁਹਾਡੇ ਸਾਹਮਣੇ ਨਹੀਂ ਰੱਖਣੀ। ਮੈਂ ਕੱਲ੍ਹ ਆਪਣੇ ਸਾਥੀ ਦੇ ਨਾਲ 4-5 ਸਾਥੀ ਸੀਗੇ, ਗਏ ਹੋਏ ਸੀ ਉੱਥੇ। ਅੱਜ ਕੱਲ੍ਹ ਸਾਉਣ ਦਾ ਮਹੀਨਾ, ਭੰਡਾਰੇ ਬਹੁਤ ਚੱਲ ਰਹੇ ਨੇ। ਕੁਝ ਸਾਡੇ ਸਮਾਜ ਦੇ ਲੋਕ ਹੀ ਆਗੂ ਲੋਕ ਜਿਹੜੇ ਨੇ, ਹਰ ਸਾਲ ਦੀ ਤਰ੍ਹਾਂ ਕੁਝ ਸੇਵਾ ਜਿਵੇਂ ਲਾ ਦਿੰਦੇ ਨੇ, ਜਾਣੀ ਹੈ, ਪਿਆਰ ਮੁਹੱਬਤ ਹੈ, ਨੌਜਵਾਨਾਂ ਦੀ ਹੌਸਲਾ ਅਫਜਾਈ ਹੈ। ਰਾਤ ਮੈਂ 3-4 ਜਗ੍ਹਾ 'ਤੇ ਗਿਆ ਮੇਰੇ ਲੰਬਾ ਸਫ਼ਰ ਦੇ ਉੱਤੋਂ, ਕਿਹੜੀਆਂ ਗੱਲਾਂ ਦੇ ਪਿੱਛੇ ਇੱਥੇ ਪਏ ਹੋਏ, ਕਿਹੜੀਆਂ ਚੀਜ਼ਾਂ ਸਮਾਨ ਦੇ ਇਸ ਸਮਾਨ ਦੇ ਉਤਥਾਨ ਦੇ ਵਾਸਤੇ, ਸਾਡੇ ਬੱਚਿਆਂ ਦੇ ਭਵਿੱਖ ਦੇ ਵਾਸਤੇ, ਸਾਡੀ ਉੱਨਤੀ ਤਰੱਕੀ ਦੇ ਵਾਸਤੇ, ਸਾਡੀ ਮਜ਼ਬੂਤੀ ਦੇ ਵਾਸਤੇ ਸਮਾਜ ਨੂੰ ਸਮਸਤ ਰੂਪ ਵਿੱਚ ਸਮਾਨਤਾ, ਬੰਧਤਾ, ਪਿਆਰ ਦਾ ਸਮਾਨ ਬਣਾਉਣ ਵਾਸਤੇ ਕਿਹਾ ਕਿ ਗੱਲਾਂ ਜ਼ਰੂਰੀ ਨੇ ਕਿ ਗੈਰ ਜ਼ਰੂਰੀ ਨੇ। 200 ਮੀਲ 'ਤੇ ਜਾ ਕੇ ਲੱਖਾਂ ਰੁਪਈਆਂ ਦਾ ਤਬਾਹ ਕਰਕੇ, ਪਰ ਮੈਂ ਬਰਬਾਦ ਹੀ ਕਹੂੰਗਾ, ਮੈਂ ਬੜਾ ਵਿਵਾਕ ਬਾਣੀ ਦਾ ਕਹਿਣ ਰਾਸਤੇ ਆ, ਮੈਂ ਕਹਿਣੀ ਹੈ ਕਰਦੇ ਵਾਲੇ, ਲੱਖਾਂ ਰੁਪਈਆ ਲਾ ਕੇ 10-10 ਦਿਨ ਉੱਥੇ ਭੰਡਾਰੇ 300-300 ਮੀਲ ਦੀ ਫਾਸਲ 'ਤੇ ਉਹਨਾਂ ਜਗ੍ਹਾ 'ਚ ਜਾ ਕੇ ਲਾ ਰਹੇ ਨੇ ਸਾਡੇ ਲੋਕ। ਕਿਆ ਤੁਸੀਂ ਆਪਣੇ ਬੱਚਿਆਂ ਦੀ ਫੀਸ ਦੇ ਲਈ ਇਸ ਸਕੂਲ ਦੇ ਵਿੱਚ? ਕਿਆ ਉਹਨਾਂ ਦੇ ਤਨ 'ਤੇ ਪੂਰਾ ਕੱਪੜਾ ਆਉਂਦਾ? ਕਿਆ ਸਾਰੇ ਟੱਬਰ ਦੇ ਪੈਰਾਂ 'ਚ ਜੁੱਤੀ ਪੂਰੀ ਹੈਗੀ? ਉਹਨਾਂ ਦੇ ਪੇਟ 'ਚ ਅੰਨ ਹੈਗਾ ਪੂਰੀ ਤਰ੍ਹਾਂ ਨਾਲ? ਉਹ ਸਿਹਤਮੰਦ ਨੇ? ਉਹਨਾਂ ਦੀ ਦਵਾਈ ਦਾਰੂ ਕਰ ਲਈ ਹੈ ਤੁਸੀਂ? ਆਪਣੇ ਭੈਣ ਭਰਾ ਦੇ, ਆਪਣੇ ਬਜ਼ੁਰਗਾਂ ਦੇ, ਆਪਣੇ ਜੰਮਣ ਵਾਲਿਆਂ ਦੇ, ਆਪਣੇ ਹੋਰ ਜਿਹੜੇ ਬੱਚੇ ਉਹ ਕਰ ਲਏ ਪੂਰੇ? ਜੇ ਤਾਂ ਹੋ ਗਿਆ ਤਾਂ ਫਿਰ ਤਾਂ ਕਰੋ ਇਹ ਸਾਰੇ ਕੰਮ, ਮੈਂ ਤੁਹਾਡੇ ਨਾਲ। ਪਰ ਜੇ ਅਜੇ ਉਹਨੂੰ ਅਧੂਰਾ ਛੱਡ ਕੇ ਉਹਨਾਂ ਦੇ ਬੱਚਿਆਂ ਦਾ ਹੱਕ ਮਾਰ ਕੇ ਆਪਣੇ ਮਾਂ ਪਿਓ ਨੂੰ ਤੁਸੀਂ ਇਗਨੋਰ ਕਰਕੇ, ਉਹਨਾਂ ਨੂੰ ਦਰਕਨਾਰ ਕਰਕੇ, ਉਹਨਾਂ ਦੀਆਂ ਜ਼ਰੂਰਤਾਂ ਨੂੰ ਇਹ ਕੰਮ ਕਰਨੇ ਨੇ, ਮੈਂ ਤੁਹਾਡੇ ਨਾਲ ਨਹੀਂ ਖੜਾ। ਹਮੇਸ਼ਾ ਸਮਾਜ ਦੇ ਨਿਖਾਰ ਵੀ ਰਹੇ ਔਰ ਆਪਣੇ
ਗੁਰੂਆਂ ਦੇ ਪੈਰੋਕਾਰ ਨੇ ਪਹਿਲਾਂ ਦਿੱਤੇ ਰਹੇ ਜੋ ਸ਼ਿਵਜੀ ਅਰਬਾਨੀ ਸਾਹਿਬ ਬੈਠੇ ਆ ਉਹਨਾਂ ਨੇ ਆਪੇ ਕਹਿ ਦਿੱਤਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਇੱਕ ਸ਼ਬਦ ਜਿਹਨਾਂ ਨੇ ਮੈਨੂੰ ਆਖਿਆ ਸੀਗਾ ਕਿ ਲਿਖੇ ਲਿਆਓ ਜੇ ਆਪਾਂ ਰਿਕਾਰਡ ਕਰਦੇ ਹਾਂ ਅਤੇ ਮੈਂ ਪਹਿਲਾਂ ਦੋ ਲੈਣਾ ਉਹ ਵੀ ਨਹੀਂ ਸੁਣਾਉਂਦੀਆਂ ਸਮਝਦਾ ਅਤੇ ਸਾਰੀ ਸੰਗਤ ਨੇ ਬੜਾ ਪਿਆਰ ਕੀਤਾ ਯੂਟਿਊਬ 'ਤੇ ਵੀ ਉਸਨੂੰ ਅਸੀਂ ਜਿਹੜਾ ਅਸੀਂ ਰਿਲੀਜ਼ ਕੀਤਾ ਸੀਗਾ ਅਤੇ ਮੈਂ ਦੋ ਲਾਈਨਾਂ ਇਹ ਸ਼ਬਦ ਦੀਆਂ ਔਰ ਦੋ ਲਾਈਨਾਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੋ ਮੈਂ ਕੀਤਾ ਬਚਪਨ
ਧੰਨ ਗੁਰੂ ਜੀ ਜੈ ਭੀਮ ਜੈ ਭਗਤ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਸਤਿਗੁਰੂ ਕਬੀਰ ਮਹਾਰਾਜ ਦੇ ਪ੍ਰਗਟ ਕਮਲ ਦਿਵਸ ਨੂੰ ਸਮਰਪਿਤ, ਹਰ ਸਾਲ ਵੀ ਤਰ੍ਹਾਂ ਇਸ ਸਾਲ ਵੀ ਸਤਿਗੁਰੂ ਕਬੀਰ ਟਾਈਗਰ ਫੋਰਸ ਵੱਲੋਂ 6ਵਾਂ ਵਿਸ਼ਾਲ ਜਿਹੜਾ ਸਮਾਗਮ ਆ ਉਹ ਸਤਿਗੁਰੂ ਕਬੀਰ ਮੰਦਿਰ ਕਬੀਰ ਵਿਹਾਰ ਬਸਤੀ ਬਾਬਾ ਗੇਲ ਦੇ ਵਿੱਚ ਕੀਤਾ ਗਿਆ। ਅਤੇ ਬਰਸਾਤ ਦਾ ਮੌਸਮ ਸੀਗਾ, ਕਾਫੀ ਬਰਸਾਤ ਹੋਈ, ਉਸ ਤੋਂ ਇਲਾਵਾ ਵੀ ਸੰਗਤ ਜਿਹੜੀ ਆ ਉਹ ਵੱਧ ਚੜ੍ਹ ਕੇ ਪਹੁੰਚੀ ਆ। ਸੋ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈ ਆ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।